ਇਹ ਬਹੁਤ ਵਧੀਆ ਡੋਲ ਹੈ ਜੋ ਉੱਪਰ ਅਤੇ ਥੱਲੇ ਜਾ ਸਕਦੀ ਹੈ। ਇਸ ਲਈ ਤੁਹਾਨੂੰ ਇੱਕ ਪੁਰਾਣੀ ਪਲਾਸਟਿਕ ਦੀ ਬੋਤਲ, ਇੱਕ ਪਤਲੀ ਅਤੇ ਮੋਟੀ ਸਟਰਾਅ ਅਤੇ ਇੱਕ ਗੱਤੇ ਦੀ ਸ਼ੀਟ ਦੀ ਡੋਲ ਚਾਹੀਦੀ ਹੈ। ਪਤਲੀ ਸਟਰਾਅ ਦਾ ਇੱਕ ਕੋਨਾ ਦੌਰਾ ਕਰ ਲਵੋ ਅਤੇ ਉਸ ਨੂੰ ਟੇਪ ਨਾਲ ਜੋੜ ਦਿਓ। ਸਟਰਾਅ ਸੀਲ ਕੀਤੇ ਕੋਨੇ ਉੱਪਰ ਕਾਗਜ਼ ਦੀ ਡੋਲ ਚਿਪਕਾ ਦਿਓ। ਬੋਤਲ ਦੇ ਢੱਕਣ ਵਿੱਚ ਇੱਕ ਮੋਰੀ ਕਰ ਲਓ ਅਤੇ ਜ਼ਰਾ ਜਿਹਾ ਮੋਟਾ ਸਟਰਾਅ ਉਸ ਵਿੱਚ ਚਿਪਕਾ ਦਿਓ। ਇਹ ਇੱਕ ਬੇਅਰਿੰਗ ਦਾ ਕੰਮ ਕਰ ਦੇਵੇਗਾ, ਇਸ ਜਿਸ ਵਿੱਚ ਪਤਲਾ ਸਟਰਾਅ ਘੁੰਮੇਗਾ। ਇਹ ਪਤਲਾ ਸਟਰਾਅ ਮੋਟੇ ਸਟਰਾਅ ਦੇ ਵਿਚਕਾਰ ਆਰਾਮ ਨਾਲ ਘੁੰਮਣਾ ਚਾਹੀਦਾ ਹੈ। ਪਤਲੀ ਸਟਰਾਅ ਦੇ ਨੀਚਲੇ ਹਿੱਸੇ ਵਿੱਚ ਇੱਕ ਪਿੰਨ ਪਾ ਦਿਓ। ਇਹ ਪਿੰਨ ਇੱਕ ਸਟਰੋਪਰ ਦਾ ਕੰਮ ਕਰੇਗਾ। ਹੁਣ ਸਟਰਾਅ ਦਾ ਪਿੰਨ ਵਾਲਾ ਕੋਨਾ ਬੋਤਲ ਵਿੱਚ ਪਾ ਦਿਓ ਅਤੇ ਢੱਕਣ ਲਗਾ ਦਿਓ। ਡੋਲ ਹੁਣ ਉੱਪਰ ਅਤੇ ਥੱਲੇ ਛਲਾਂਗਾ ਮਾਰਨ ਨੂੰ ਤਿਆਰ ਹੈ। ਹੁਣ ਵਾਰ ਵਾਰ ਡੋਲ ਨੂੰ ਉੱਪਰ ਥੱਲੇ ਛਲਾਂਗਾ ਮਰਵਾਉਣ ਦੇ ਲਈ ਬੋਤਲ ਨੂੰ ਦਬਾਓ ਅਤੇ ਛੱਡੋ। ਦਬਾਓ ਵਧਾਉਣ ਦੇ ਨਾਲ ਡੋਲ ਉੱਪਰ ਨੂੰ ਛਲਾਂਗ ਮਾਰੇਗੀ ਅਤੇ ਫਿਰ ਆਪਣੇ ਹੀ ਭਾਰ ਨਾਲ ਥੱਲੇ ਆ ਜਾਵੇਗੀ।